तो पहले ही सारे नूं प्यार भरी सत श्री अकाल स्वागत है तुहाडा एक बारी फिर अपने यूट्यूब चैनल शाहड जोन ते। जे किसी ने सबसक्राइब नहीं किया तो सबसक्राइब कर लो, बैल आइकन का बटन आल ते कर लो ता जो नवी वीडियो आवे तो तुहानूं पता लग सके। अज आपां आए हैं गुरुद्वारा साहब, इत्थों चलांगे किसान यूनियन की मीटिंग च गुरुद्वारा नानकियाणा साहब संगरूर। किसान यूनियन की मीटिंग है, चलते हैं उत्थे देखते हैं मीटिंग च की मीटिंग होंदी है, की गलबात है, सारी तुहानूं दस्सांगे। करदे हैं वीडियो स्टार्ट अज दी। तुसी देख सकते हो चाह दा लंगर तैयार है, भाई चाह बरतारे ने अपने नाल हैगे। अज हिमा गड्डी तैयार हो रही है, छत छुत पा ली, मीह यार बहुत ज़्यादा पै रहा है। इदू बाद कर ली गड्डी तैयार अपनी, अपने प्रधान जी बैठे ने बंदयां नूं फोन। इधर संगत सारी तैयार है संगरूर नानकियाणे जाण नूं किसान यूनियन की मीटिंग च। गड्डी दे छत ला ली, मीह बहुत ज़्यादा पै रहा है, भिजण तों बचण लई गड्डी तैयार हो रही है। मीह बहुत ज़्यादा पै रहा है, संगत नूं अनाउंसमेंट की है भी जिन्हें जिन्हें जाना है छेती तो छेती आ जाओ। पाँच चार बंदे इकट्ठे हो गए ने, बाकी आ रहे ने सारे, गड्डी तैयार है साड़ी, वेट हो रही है बंदे दी। उद्दुआ चलदे आ नानकियाणा साहब गुरु घर। जिन्ना चिर बंदे आउंदे ने तुसीं आ देखो, ये है भाई ग्राउंड च फेरन वास्ते रोलर। ਇਹ ਹੈ ਰੋਲਰ, ਸਟੇਡੀਅਮ 'ਚ ਲੋੜ ਪੈਂਦੀ ਹੁੰਦੀ ਹੈ ਇਹਦੀ, ਉੱਥੇ ਲੈ ਕੇ ਜਾਂਦੇ ਹੁੰਦੇ ਹਾਂ ਸਟੇਡੀਅਮ 'ਚ। ਗਰਾਊਂਡ ਕੋਈ ਵੀ ਚੀਜ਼ ਹੈ ਮਿੱਟੀ ਮੁੱਟੀ ਦੱਬਣ ਵਾਸਤੇ ਵਧੀਆ ਚੀਜ਼ ਹੈ ਇਹ। ਬੈਠੋ ਬਾਈ ਯਾਰ, ਬੈਠ ਕੇ ਸਾਰੇ ਭਾਈ ਕੁਛ ਬੰਦਿਆਂ ਨੂੰ ਰਸਤੇ 'ਚੋਂ ਚੱਕਾਂਗੇ। ਅਸੀਂ ਚੱਲ ਪਏ ਹੁਣ, ਜਿੰਨੇ ਕੁ ਬੰਦੇ ਉਰੇ ਇਕੱਠੇ ਹੋਏ ਤੀ ਉਨੇ ਕੁ ਚੱਲਦੇ ਹਾਂ, ਬਾਕੀ ਚੱਕਦੇ ਹਾਂ ਰਸਤੇ 'ਚੋਂ। ਮੀਂਹ ਪੈ ਰਿਹਾ ਤਾਂ ਕਰਕੇ ਉਰੇ ਪਹੁੰਚਿਆ ਨਹੀਂ ਗਿਆ ਬੰਦਿਆਂ ਤੋਂ। ਚਲੋ ਜੀ ਪ੍ਰਧਾਨ ਜੀ ਆ ਜਾਓ, ਲਓ ਵੀ ਚੜ੍ਹੋਗੇ ਨਾ। ਚੜ੍ਹ ਜਾਓ ਕਿਰਾਂ, ਚੱਲੀਏ ਫਿਰ। ਆਪਾਂ ਚੜ੍ਹ ਗਏ ਸਾਰੇ, ਚਲੋ ਬਾਈ ਬੰਦੇ ਹੋਰ ਆ ਗਏ ਆਪਣੇ ਨਾਲ ਜਿਹੜੇ ਰਹਿੰਦੇ ਸੀਗੇ। ਆ ਜਾਓ ਜੀ ਫੌਜੀ ਸਾਹਿਬ, ਆਓ ਜੀ ਪ੍ਰਧਾਨ ਜੀ, ਲੰਘੋ ਜੀ ਅੱਗੇ। ਕੁਰਸੀ ਪਿੱਛੇ ਤਾਂ ਲੜਾਈਆਂ ਕਰਦੇ ਨੇ। ਸਾਰੇ ਬੰਦੇ ਆ ਗਏ ਚੱਲਦੇ ਆ ਸੰਗਰੂਰ ਨਾਨਕਿਆਣੇ ਗੁਰੂ ਘਰ ਸਾਹਿਬ। ਨਾਨਕਿਆਣੇ ਸਾਹਿਬ ਗੁਰੂ ਘਰ ਪਹੁੰਚ ਗਈ ਹੈ ਸੰਗਤ ਸਾਰੀ, ਦੇਖਦੇ ਅੱਗੇ ਪ੍ਰੋਗਰਾਮ ਕਿੱਥੇ ਆ, ਕੀ ਮੀਟਿੰਗ ਹੈ। ਸੰਗਤ ਉਤਰਨ ਲੱਗ ਰਹੀ ਹੈ ਸਾਰੀ ਆਪਣੀ, ਪੂਰੇ 21 ਬੰਦੇ ਆ ਗਏ ਅੱਜ, 21 ਜਣੇ। ਚਲੋ ਜੀ ਚੱਲਦੇ ਹਾਂ ਹੁਣ ਸਾਰੇ ਮੀਟਿੰਗ 'ਚ। ਮੀਟਿੰਗ ਸਟਾਰਟ ਹੋਣ ਵਾਲੀ ਹੈ, ਉਦੋਂ ਪਹਿਲਾਂ ਆਪਾਂ ਗੁਰੂ ਘਰ ਜਾ ਕੇ ਮੱਥਾ ਟੇਕ ਆਈਏ, ਫਿਰ ਦੇਖਦੇ ਹਾਂ ਅੱਗੇ ਪ੍ਰੋਗਰਾਮ ਕੀ ਬਣਦਾ।
ਨਾਨਕਿਆਣਾ ਸਾਹਿਬ ਦਾ ਸਰੋਵਰ ਦੇਖ ਸਕਦੇ ਹੋ ਤੁਸੀਂ। ਕਰੀਰ ਸਾਹਿਬ ਗੁਰੂ ਰੂਪ ਸਾਧ ਸੰਗਤ ਜੀਓ ਇਸ ਪਵਨ ਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ 1616 ਈਸਵੀ ਨੂੰ ਚਰਨ ਪਾਏ। ਗੁਰੂ ਜੀ ਇੱਥੇ ਕੋਈ ਸਾਹਿਬ ਤੋਂ ਆਏ ਸਨ। ਇਸ ਕਰੀਰ ਦੇ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ। ਗੁਰਦੁਆਰਾ ਸਾਹਿਬ ਦੀ ਉਸਾਰੀ ਵੇਲੇ ਕਿਸੇ ਅਣਜਾਣ ਵਿਅਕਤੀ ਨੇ ਇਸ ਕਰੀਰ ਨੂੰ ਕੱਟ ਕੇ ਉੱਪਰ ਕਮਰੇ ਬਣਵਾ ਦਿੱਤੇ, ਪਰ ਕੁਦਰਤ ਐਸੀ ਵਰਤੀ ਕਿ ਕਰੀਰ ਦੁਬਾਰਾ ਹਰਾ ਹੋ ਕੇ ਛੱਤ ਪਾੜ ਕੇ ਜਾ ਪ੍ਰਗਟ ਹੋਇਆ। ਸਮਾਂ ਪਾ ਕੇ ਇਹ ਯਾਦਗਾਰ ਪ੍ਰਗਟ ਹੋਈ। ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿਰਾਜਨ ਦੀ ਜਗ੍ਹਾ ਪਰ ਥੜਾ ਮੰਜੀ ਸਾਹਿਬ ਤਿਆਰ ਕਰਵਾ ਕੇ ਸੰਗਤਾਂ ਨੂੰ ਇਸ ਸਥਾਨ ਅਤੇ ਧਰਮ ਪ੍ਰਤੀ ਸ਼ਰਧਾ ਰੱਖਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਕਿਹਾ ਕਿ ਇਹ ਪਵਨ ਸਰੋਵਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ਼ਨਾਨ ਕਰਨ ਦੀ ਯਾਦਗਾਰ ਹੈ। ਸਰੋਵਰ ਦਾ ਜਲ ਪਵਿੱਤਰ ਰੱਖੋ ਜੀ। ਇਹ ਹੈ ਭਾਈ ਉਹ ਕਰੀਰ ਸਾਹਿਬ ਜਿੱਥੇ ਹਰਗੋਬਿੰਦ ਸਾਹਿਬ ਜੀ ਨੇ ਘੋੜਾ ਬੰਨਿਆ ਸੀ ਅਤੇ ਉੱਪਰ ਕਮਰੇ ਬਣਵਾ ਦਿੱਤੇ ਗਏ। ਫਿਰ ਤੁਸੀਂ ਕੁਦਰਤ ਦੇਖੋ, ਰੱਬ ਦੀ ਕਰੀਰ ਸਾਰਾ ਛੱਤ ਪਾੜ ਕੇ ਬਾਹਰ ਨਿਕਲਿਆ ਆ, ਫਿਰ ਦੁਬਾਰਾ ਕਦੇ ਨਹੀਂ ਇਹ ਕੱਟਿਆ ਗਿਆ ਹੈਗਾ। ਇਹ ਸੀਗਾ ਕਰੀਰ, ਗੁਰਦੁਆਰਾ ਕਰੀਰ ਸਾਹਿਬ ਤੁਸੀਂ ਦੇਖਿਆ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਅਸਥਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਬਣਾਇਆ ਗਿਆ, ਕਿਉਂਕਿ ਗੁਰੂ ਸਵਾਰਿਓ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਇੱਥੇ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਕਲਯੁੱਗ ਦਾ ਉਧਾਰ ਕੀਤਾ ਸੀ। ਸੋ ਇਸ ਪਾਵਨ ਸਥਾਨ 'ਤੇ ਬਾਅਦ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਜੀ ਉਹਨਾਂ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਅਸਥਾਨ 'ਤੇ ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਨਿਸ਼ਾਨੀ ਇੱਥੇ ਹਾਜ਼ਰ ਹੈ ਗੁਰਜ, ਉਹ ਗੁਰਜ ਜਿਸ ਨੂੰ ਗੁਰੂ ਸਾਹਿਬ ਜੀ ਨੇ ਭਾਈ ਰਾਮੇ ਅਤੇ ਭਾਈ ਤ੍ਰਿਲੋਕੇ ਨੂੰ ਭੇਟਾ ਕੀਤਾ ਸੀ। ਸੋ ਸਭ ਤੋਂ ਵੱਡੀ ਗੱਲ, ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਈ ਦਿਨ ਰਹੇ, ਕਲਯੁੱਗ ਦਾ ਉਧਾਰ ਕੀਤਾ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਸੰਗਤਾਂ ਨੇ ਬਹੁਤ ਵੱਡੀ ਗਿਣਤੀ 'ਚ
इस पावन स्थान ते पहुँचदियाँ ने। गुरु सवारे इस स्थान ते विसाखी का पुरब बड़ी श्रद्धा भावना नाल मनाया जाता है। गुरु नानक देव महाराज का प्रकाश पुरब ते हरेक पूर्णमासी इस पावन स्थान ते दीवान सजदे ने। सो सारिया संगतां दा बहुत बहुत धन्यवाद। वाहिगुरु जी का खालसा, वाहिगुरु जी की फतेह। तुसीं देख सकदे हो उरे मीटिंग चल रही है गड़बा ब्लाक BKU उगराहा, इत्थे लोग सारे पहुँचे हुए ने मीटिंग च। बाकी जे किसी ने सारी मीटिंग देखनी है भी कादी मीटिंग थी, वो लाइव चलाया हुआ है, लाइव च जाके देख लो भी की गलबात सी, की गल हुई है मीटिंग च। बहुत तुसी उस गल करके आए हो भी यार साडी भुगत किवें बणे, साडे कोई असल सुख साडा किवें बणे, इस वास्ते उन्हां सारे भरावां नूं बेनती है, किसानां नूं मजदूरां नूं भी आ के पंडाल च सजण, ताकि जिहड़ी स्टेज की कार्रवाई है वह अगे चलाई जाऊगी। सो उस तो पहला मैं साडे साथी गुरमीत सिंह कालाचाड़ वह एक गीत है जिहड़ा वह अपना पेश करनगे, उन्होंने बेनती करते हैं कि अपना इनकलाबी गीत वो ताडे नाल सांझा कर। पिंड आ गए जी, जिवें कि तुसीं देख लिया उत्थे गए थे नानकेणा साहब गुरु घर की सारी वीडियो है की इतिहास है उत्थे दा, ते बाकी मीटिंग है। जे किसी ने मीटिंग देखनी है भी मीटिंग च की होया तो वह लाइव चलाया होया, लाइव सारा मीटिंग लाइव होती गई। सबसक्राइब जरूर कर लिया करो भाई चैनल नूं यार, नोटिफिकेशन ऑन कर लियो तां जो तुहानूं नवीं वीडियो का पता लग सके। वीडियो करन लगदे आ बंद, अगली वीडियो तक सत श्री अकाल।